ਕਰਦੇ ਆ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ। ਰਾਜਮਾ ਅੱਛਾ ਜੀ ਤੇ ਨੌਨ ਵੈਜ ਵੈਜ ਰੋਟੀ ਖਾਦੀ ਆਪਾਂ ਲੈ ਕੇ ਚੱਲਦੇ ਆਪਾਂ ਜਿਹੜੀ ਲੋਕੇਸ਼ਨ ਤੇ ਆਏ ਆ। ਵਾਸ਼ਰੂਮ ਲੈਣਗੇ ਚੇਂਜ ਕਰਨ ਦਾ ਚੇਂਜ ਕੈਦੀਆਂ ਨੂੰ ਲਿਆਉਂਦੇ ਹੁੰਦੇ ਸੀ ਪੁਰਾਣੇ ਟਾਈਮ ਨਾ ਆਪਣਾ ਟੋਟਲ ਕਮਰੇ 54 ਨੇ ਇੱਥੇ ਟੋਟਲ ਕਕਸ਼ 54 ਬਣੇ ਹੋਏ ਆ 54 ਕਮਰੇ ਨੇ ਉਹਨਾਂ ਨੂੰ ਵੀ ਇਸੀ ਜੇਲ੍ਹ ਵਿੱਚ ਰੱਖਿਆ ਸੀ ਅਤੇ ਉਸ ਤੋਂ ਬਾਅਦ ਜਦੋਂ 1857 ਜੇਲ੍ਹ ਟਾਈਮ ਸੀ ਵੀ ਪੁਰਾਣੇ ਲੱਗੇ ਆ ਠੀਕਾ 9:30 ਤੋਂ 12:30 ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਰਹਿੰਦੇ ਨੂੰ ਨੋਰੇ ਆਇਆ ਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਅੱਜ ਨਵੇਂ ਵਲੌਗ 'ਚ ਅਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਹਿਮਾਚਲ ਅਤੇ ਅੱਜ ਆਪਣਾ ਨਵਾਂ ਸਫ਼ਰ ਆ ਅਤੇ ਦੇਖਦੇ ਹਾਂ ਆਪਾਂ ਕਿਹੜੀ ਜਗ੍ਹਾ ਜਾਣਾ ਫਾਈਨਲ ਨਹੀਂ ਹੈਗਾ ਘਰੋਂ ਨਿਕਲਦੇ ਹਾਂ ਅਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ ਅਤੇ ਜਾਣਾ ਕਿੱਥੇ ਅੱਜ ਆਪਾਂ ਅਤੇ ਘਰੋਂ ਨਿਕਲੀਏ ਅਤੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਮਿਲਦੇ ਹਾਂ ਆਪਾਂ ਅੱਗੇ ਜਾ ਕੇ। ਲਓ ਜੀ ਧਰਮਪੁਰ ਪਹੁੰਚ ਚੁੱਕੇ ਆਪਾਂ ਅਤੇ ਲੰਚ ਕਰ ਲਿਆ ਅਤੇ ਇੱਥੇ ਆਪਾਂ ਵੈੱਜ ਅਤੇ ਨੋਨ ਵੈੱਜ ਦੋਨੋਂ ਚੀਜ਼ਾਂ ਮਿਲਦੀਆਂ ਨੇ ਅੰਕਲ। ਲੋਕੇਸ਼ਨ ਦੱਸਿਓ ਆਪਣੀ ਕਿਹੜੀ ਲੋਕੇਸ਼ਨ ਆ? ਧਰਮਪੁਰ ਤੇ ਜੀ। ਹਾਂਜੀ 1.5 ਕਿਲੋਮੀਟਰ ਅੱਗੇ। ਅੱਛਾ ਜੀ। ਚਿਕਨ ਮਟਨ। ਅੱਛਾ ਜੀ। ਹੋਰ ਰਾਜਮਾ। ਅੱਛਾ ਜੀ। ਚਾਹੇ ਬ੍ਰੈਡ ਆਮਲੇਟ। ਅੱਛਾ ਜੀ। ਕੀ ਨਾਮ ਤੋਂ ਆਪਣਾ? ਆਪਣਾ ਕਾਕੂ ਨਾਮ ਤੇ ਜੀ। ਦੇਖੋ ਜੀ ਕਾਕੂ ਨਾਮ ਤੋਂ ਆ ਅਤੇ ਨੋਨ ਵੈੱਜ ਵੈੱਜ ਰੋਟੀ ਖਾਧੀ ਆਪਾਂ ਬਹੁਤ ਵਧੀਆ ਟੇਸਟੀ ਆ ਆਉਂਦੇ ਜਾਂਦੇ ਜ਼ਰੂਰ ਰੁਕਿਓ ਉੱਥੋਂ। ਲਓ ਜੀ ਚੈੱਕ ਕਰੋ ਲੋਕੇਸ਼ਨ ਬਹੁਤ ਵਧੀਆ ਵਾ। ਦੇਖੋ ਹਾਲ ਦੇਖੋ ਇਸ ਵਾਰ ਹਿਮਾਚਲ ਦਾ ਕਿੰਨਾ ਬੁਰਾ ਹਾਲ ਹੋਇਆ ਵਾ। ਦੇਖੋ ਕਿੰਨੀ ਬਰਸਾਤਾਂ, ਰੋਡ ਹੈ ਹੀ ਨਹੀਂ, ਦੇਖੋ ਪੂਰਾ ਰਸਤਾ ਹੀ ਨਿਕਲ ਗਿਆ, ਗੱਡੀ ਪੂਰੀ ਪੂਰੀ ਲੰਘਦੀ ਪਈ ਆ। ਦੇਖੋ ਹੁੰਦੀ ਆ ਤਬਾਹੀ ਪਰ ਇਸ ਵਾਰ ਹਿਮਾਚਲ ਬਹੁਤ ਜ਼ਿਆਦਾ ਤਬਾਹੀ ਹੋ ਗਈ ਆ। ਦੇਖੋ ਗੱਡੀ ਵੀ ਸਾਡੀ ਪੂਰੀ ਪੂਰੀ ਜਗ੍ਹਾ ਤੋਂ ਨਿਕਲਦੀ ਪਈ ਆ ਅਤੇ ਰਸਤੇ ਕੱਚੇ, ਦੇਖੋ ਮਿੱਟੀ ਸਾਰੀ ਖਿਸਕਦੀ ਪਈ। ਲਓ ਜੀ ਆਪਾਂ ਹਿਮਾਚਲ ਐਂਟਰ ਕਰ ਗਏ ਸੀਗੇ ਅਤੇ ਧਰਮਪੁਰ ਤੋਂ ਆਪਾਂ 2 ਕਿਲੋਮੀਟਰ ਅੱਗੇ ਆਏ ਹਾਂ। 2 ਕਿਲੋਮੀਟਰ ਤੋਂ ਅੱਗੇ ਆ ਗਿਆ ਫਲੈਟ ਆ, ਆਹ ਚੈੱਕ ਕਰੋ। ਇੱਥੇ ਆਪਣੇ ਅੰਕਲ ਜੀ ਰਹਿੰਦੇ ਆ ਲੁਧਿਆਣੇ ਵਾਲੇ। ਇਹਨਾਂ ਕੋਲ ਥੋੜ੍ਹਾ ਕੰਮ, ਆਪਾਂ ਨੂੰ ਥੋੜ੍ਹਾ ਟਾਈਮ ਬੈਠਾਂਗੇ ਅਤੇ ਗੱਲਾਂ ਗੁੱਲਾਂ ਕਰਾਂਗੇ, ਬਾਕੀ ਤੁਹਾਨੂੰ ਲੋਕੇਸ਼ਨ ਦਿਖਾਉਂਦੇ ਇਹਨਾਂ ਦੀ। ਚੈੱਕ ਕਰੋ ਲੋਕੇਸ਼ਨ। ਇਹ ਉੱਪਰ ਸਾਹਮਣੇ ਹਾਈਵੇ ਲੱਗਦਾ ਨਾਲ ਹੀ। ਲੋਕੇਸ਼ਨ ਬਹੁਤ ਵਧੀਆ ਦੇਖੋ ਫਲੈਟ ਦੀ। ਇਹ ਆਹ ਫਲੈਟ ਆ, ਇਹ ਫਲੈਟ ਨਹੀਂ ਹੈਗਾ ਜਾਣੀ ਕਿ ਰੈਂਟਡ ਘਰ ਆ, ਰਿਲੀਜ਼ 'ਤੇ ਆ। ਉਹ ਜੀ ਆਹ ਵਾਸ਼ਰੂਮ ਆ ਅਤੇ ਇਹ ਕਿਚਨ ਚੈੱਕ ਕਰੋ ਅਤੇ ਇਹ ਰੂਮ ਆ। ਲਓ ਜੀ ਚੈੱਕ ਕਰੋ ਇਹ ਡਰਾਇੰਗ ਰੂਮ ਇਹਨਾਂ ਦਾ ਅਤੇ ਅੰਕਲ ਜੀ ਨੇ ਵੈਸੇ ਇਹ ਖਾਲੀ ਕਰ ਦਿੱਤਾ ਹੋਇਆ ਵਾ, 1-2 ਦਿਨ ਇੱਥੇ ਰਹਿਣਗੇ ਫਿਰ ਚੇਂਜ ਕਰਾਂਗੇ, ਦੂਸਰੀ ਸਾਈਡ ਲੈਣਗੇ। ਚੇਂਜ ਕਰਨ ਦਾ ਰੀਜ਼ਨ ਇਹ ਹੈਗਾ ਇਹਨੂੰ ਛੱਤ ਨੂੰ ਪਾਣੀ ਲੱਗਣ ਲੱਗਿਆ ਬਹੁਤ ਜ਼ਿਆਦਾ। ਚੈੱਕ ਕਰੋ ਜਿਹੜਾ ਪਾਣੀ ਲੱਗ ਰਿਹਾ ਛੱਤ ਨੂੰ, ਰਿਲੀਜ਼ 'ਤੇ ਲਿਆ ਸੀ ਇਹਨਾਂ ਨੇ। ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ, ਦੇਖੋ ਲੋਕੇਸ਼ਨ। ਲਓ ਜੀ ਆਪਾਂ ਦਕਸ਼ਾਈ ਪਹੁੰਚ ਗਏ ਹਾਂ, ਇਹ
ਪੁਰਾਣੀ ਟਾਈਮ ਦੀ ਜੇਲ੍ਹ ਆ ਇਹ ਇੱਥੇ ਅੰਗਰੇਜ਼ ਕੈਦੀਆਂ ਨੂੰ ਲਿਆਉਂਦੇ ਹੁੰਦੇ ਸੀ ਪੁਰਾਣੇ ਟਾਈਮ ਤੁਹਾਨੂੰ ਦਿਖਾਉਂਦੇ ਆਪਾਂ ਦਰਸ਼ਈ ਜੇਲ੍ਹ ਅਤੇ ਇਹ ਅੰਗਰੇਜ਼ਾਂ ਦੇ ਟਾਈਮ ਦੀ ਜੇਲ੍ਹ ਆ ਬਹੁਤ ਪੁਰਾਣੀ ਦੇਖੋ ਮੌਸਮ ਦੇਖੋ ਨਾਲੇ ਕਿੰਨਾ ਸੋਹਣਾ ਵਾ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਲਓ ਜੀ ਚੈੱਕ ਕਰੋ ਇਹ ਐਂਟਰਸ ਆ ਜੇਲ੍ਹ ਦੀ ਲਓ ਜੀ ਚੈੱਕ ਕਰੋ ਇਤਿਹਾਸ ਆ ਨਾਲ ਲਿਖਿਆ ਹੋਇਆ 1849 ਨੂੰ ਮੈਂ ਬਣਾ 72875 ਦੀ ਲਾਗਤ ਨਾਲ ਬਣਿਆ ਸੀਗਾ ਟੋਟਲ ਜੇਲ੍ਹਾਂ ਆਪਣਾ ਟੋਟਲ ਕਮਰੇ 54 ਨੇ 54 ਬਾਕੀ ਤੁਸੀਂ ਪੌਜ਼ ਕਰਕੇ ਪੜ੍ਹ ਸਕਦੇ ਹੋ ਉੱਥੋਂ ਅੰਗਰੇਜ਼ਾਂ ਦੇ ਟਾਈਮ ਦੀ ਜੇਲ੍ਹ ਆ ਅਤੇ ਇੱਥੇ ਟੋਟਲ ਕਕਸ਼ 54 ਬਣੇ ਹੋਏ ਆ 54 54 ਕਮਰੇ ਨੇ ਦੇਖੋ ਤੁਹਾਨੂੰ ਥੋੜ੍ਹਾ ਜਿਹਾ ਅੰਦਰੋਂ ਦਿਖਾਉਂਦੇ ਹਾਂ ਜੇਲ੍ਹ ਆਹ ਦੇਖੋ ਆਹ ਚੈੱਕ ਕਰੋ ਜੇਲ੍ਹ ਦਾ ਕਮਰਾ ਨੱਥੂ ਰਾਮ ਗੋਡਸੇ ਜਿਨ੍ਹਾਂ ਨੇ ਮਹਾਤਮਾ ਗਾਂਧੀ ਜੀ ਨੂੰ ਮਾਰਿਆ ਸੀਗਾ ਉਹਨਾਂ ਨੂੰ ਵੀ ਸੀ ਇਸੀ ਜੇਲ੍ਹ ਵਿੱਚ ਰੱਖਿਆ ਸੀਗਾ ਜੇਲ੍ਹ ਉਹਨਾਂ ਨੂੰ ਜਦੋਂ ਤਰੀਕ 'ਤੇ ਲੈ ਕੇ ਜਾ ਰਹੇ ਸੀਗੇ ਸ਼ਿਮਲੇ ਅਤੇ ਪੰਜਾਬ ਅਤੇ ਹਰਿਆਣਾ ਜਿਹੜੀ ਕੋਰਟ ਸੀਗੀ ਉਹ ਸ਼ਿਮਲੇ ਹੁੰਦੀ ਸੀ ਪਹਿਲੇ ਅਤੇ ਉਸ ਤੋਂ ਬਾਅਦ ਜਦੋਂ ਰਸਤੇ 'ਚੋਂ ਲਿਜਾਣ ਲੱਗਿਆ ਨੱਥੂ ਰਾਮ ਗੋਡਸੇ ਦੀ ਸਟੇ ਇਸੀ ਜੇਲ੍ਹ ਵਿੱਚ ਕੀਤੀ ਸੀ ਉਹਨਾਂ ਨੇ ਇੱਥੇ ਸਟੇ ਕਰਾਈ ਸੀ ਨੱਥੂ ਰਾਮ ਗੋਡਸੇ ਦੀ ਇਸੀ ਚੈੱਕ ਕਰੋ ਇਹ ਕੈਦੀਆਂ ਦੇ ਕੱਪੜੇ ਹੁੰਦੇ ਸੀ ਪਹਿਲਾਂ ਦੇਖੋ ਜੀ ਆਹ ਤੁਹਾਨੂੰ ਕਲੋਜ ਕਰਕੇ ਦਿਖਾਉਂਦੇ ਹਾਂ ਇਹ ਜੇਲ੍ਹ ਦਾ ਨਕਸ਼ਾ ਦੇਖੋ ਇਹ ਚੈੱਕ ਕਰੋ ਜੀ ਜਿਹੜਾ ਫਿਰ ਆਇਲੈਂਡ ਜਿਹੜਾ ਆਪਣਾ ਇੱਥੇ ਕੰਪਨੀ ਨੂੰ ਲਾਇਆ ਸੀ 1865 ਦੇ ਵਿੱਚ ਅਤੇ ਆਹ ਦੇਖੋ ਇਹ ਮੰਗਵਾਇਆ ਗਿਆ ਸੀਗਾ ਸਕੋਟਲੈਂਡ ਤੋਂ ਇਹ ਚੈੱਕ ਕਰੋ ਦੇਖੋ ਪੁਰਾਣੀ ਜੇਲ੍ਹਾਂ ਨੇ ਇਹ ਅਤੇ 1800 ਜੇਲ੍ਹ ਆ ਅਤੇ ਬਹੁਤ ਪੁਰਾਣੀਆਂ ਨੇ ਇਹ ਇਤਿਹਾਸ ਆ ਇੱਥੇ ਦਾ ਦੇਖੋ ਪੁਰਾਣੇ ਉੱਪਰ ਸ਼ੈੱਡ ਪਾਏ ਹੋਏ ਨੇ ਦੇਖੋ ਇਹ ਕਰੋ ਜੀ ਚੈੱਕ ਇਹ ਜੇਲ੍ਹ ਦੀ ਬੈਕ ਸਾਈਡ ਆ ਅਤੇ ਦੇਖੋ ਆ ਰੂਮ ਨੇ ਸਟਾਫ ਵਗੈਰਾ ਦੇ ਰੂਮ ਹੋਣਗੇ ਇਹ ਪਿੱਛੇ ਸਟਾਫ ਰਹਿੰਦਾ ਹੋਊਗਾ ਸਾਰਾ ਗੋਰੇ ਅੰਗਰੇਜ਼ ਹੁਣ ਤਾਂ ਸਾਰਾ ਉੱਪਰੋਂ ਲੈਂਟਰ ਵਗੈਰਾ ਸਾਰਾ ਖਤਮ ਹੋ ਗਿਆ ਜੇਲ੍ਹ ਦੀ ਆਪਣਾ ਬੈਕ ਸਾਈਡ ਆ ਅਤੇ ਆ ਜਿਹੜੇ ਮਗਲੇ ਰੂਮ ਨੇ ਸਟਾਫ ਦੇ ਰੂਮ ਨੇ ਇਹ ਅੰਗਰੇਜ਼ਾਂ ਦੇ ਨੱਥੂ
ਨੱਥੂ ਰਾਮ ਗੋਡਸੇ ਨੂੰ ਇਸੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਜਦੋਂ ਆਪਾਂ ਇਹਨਾਂ ਨੂੰ ਜਦੋਂ ਇਹਨਾਂ ਨੇ ਗਾਂਧੀ ਜੀ ਨੂੰ ਮਾਰਿਆ ਸੀਗਾ ਇਹਨਾਂ ਨੂੰ ਇਸੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਉਹਨਾਂ ਨੂੰ ਸ਼ਿਮਲੇ ਲੈ ਕੇ ਗਏ ਸੀਗੇ ਪੰਜਾਬ ਹਰਿਆਣਾ ਹਾਈ ਕੋਰਟ ਪਹਿਲੇ ਸ਼ਿਮਲੇ ਹੁੰਦੀ ਸੀ ਅਤੇ ਰਸਤੇ ਵਿੱਚ ਜਦੋਂ ਲੈ ਕੇ ਜਾ ਰਹੇ ਸੀ ਅਤੇ ਇਸੀ ਜਗ੍ਹਾ ਰੁਕੇ ਸੀਗੇ ਨੱਥੂ ਰਾਮ ਗੋਡਸੇ ਨੂੰ ਇਸੀ ਜੇਲ੍ਹ ਵਿੱਚ ਠਹਿਰਾਇਆ ਗਿਆ ਸੀਗਾ 1800 ਸੈਂਚਰੀ ਦੀ ਜੇਲ੍ਹ ਆ ਇਹ ਗੋਰਿਆਂ ਦੇ ਟਾਈਮ ਦੀ ਬਣੀ ਹੋਈ ਹੈ ਅੰਗਰੇਜ਼ਾਂ ਦੇ ਟਾਈਮ ਦੀ ਹੁਣ ਹਾਲਤ ਬੈਕ ਸਾਈਡ ਤੋਂ ਥੋੜ੍ਹੀ ਜਰਜਰ ਹੋ ਚੁੱਕੀ ਹੈ ਖਰਾਬ ਹੋ ਚੁੱਕੀ ਆ ਇਹ ਕਿਸੇ ਟਾਈਮ ਦੇਖੋ ਇੱਥੇ ਅੰਗਰੇਜ਼ਾਂ ਦਾ ਸਟਾਫ ਰਹਿੰਦਾ ਹੋਊਗਾ ਇਸ ਜਗ੍ਹਾ 'ਤੇ ਦੇਖੋ ਦੇਖੋ ਤਾਲੇ ਇੱਥੇ ਵੀ ਅੱਜ ਦੇ ਟਾਈਮ 'ਚ ਵੀ ਪੁਰਾਣੇ ਲੱਗੇ ਆ ਇਹ ਜੇਲ੍ਹ ਦਾ ਆਪਣਾ ਮਿਊਜ਼ੀਅਮ ਦਾ ਟਾਈਮਿੰਗ ਆ 9:30 ਤੋਂ 12:30 4 ਤੋਂ 6 ਵਜੇ ਅਤੇ ਆਹ ਜੇਲ੍ਹ ਦੀ ਐਂਟਰੈਂਸ ਆ ਚੈੱਕ ਕਰੋ ਸਿਸਟਮ ਆ ਅਤੇ ਤੁਹਾਨੂੰ ਜੇਲ੍ਹ ਦਾ ਹੈਗੀ ਅੰਦਰੋਂ ਦੇਖੋ ਡਬਲ ਡਬਲ ਗੇਟ ਲੱਗੇ ਆ ਪਹਿਲੇ ਆਹ ਵਾਲਾ ਗੇਟ ਲੱਗ ਜਾਂਦਾ ਦੇਖੋ ਫਿਰ ਉਸ ਤੋਂ ਬਾਅਦ ਇਹ ਵਾਲਾ ਗੇਟ ਜੰਗਲੇ ਵਾਲਾ ਸਾਰਿਆਂ ਨੂੰ ਇੱਦਾਂ ਹੀ ਆ ਗੇਟ ਅਤੇ ਅੰਦਰ ਬੰਦ ਕਰ ਦਿੰਦੇ ਸੀ ਤੁਹਾਨੂੰ ਪਤਾ ਗੋਰਿਆਂ ਦੀ ਸਜ਼ਾ ਕਿੰਨੀਆਂ ਸਖਤ ਹੁੰਦੀਆਂ ਨੇ ਦੇਖੋ ਉੱਪਰ ਸਾਰਾ ਬੰਦ ਪਿਆ ਹੋਇਆ ਦੇਖੋ ਅੱਜ ਵੀ 200-250 ਸਾਲ ਪੁਰਾਣਾ ਖੜ੍ਹਾ ਹੋਇਆ ਦੇਖੋ ਇੱਧਰ ਚਾਲੂ ਹੁੰਦੀਆਂ ਨੇ 14 ਅਤੇ 13 ਅਤੇ ਇਹ 12 ਅਤੇ 15 ਦੇਖੋ ਆਪਣੀ ਸਿੱਖ ਫੈਮਿਲੀ ਬਹੁਤ ਜ਼ਿਆਦਾ ਇੱਥੇ ਰਹਿ ਰਹੀ ਆ ਅਤੇ ਮਿਲੀ ਵੀ ਆ ਇੱਥੇ ਅਤੇ ਇੱਥੋਂ ਆਪਾਂ ਚਾਹ ਲੱਗੇ ਆ ਪੀਣ ਅਤੇ ਇੱਕ ਅੰਕਲ ਜੀ ਆ ਅਤੇ ਉਹਨਾਂ ਨੇ ਚਾਹ ਕੀ ਆ ਉਹ ਵੀ ਆਪਣੇ ਸਿੱਖ ਹੀ ਆ ਤੁਹਾਨੂੰ ਦਿਖਾਉਂਦੇ ਆਪਾਂ ਦੇਖੋ ਆਹ ਚੈੱਕ ਕਰੋ ਅਤੇ ਆਪਣੀ ਬਹੁਤ ਜ਼ਿਆਦਾ ਸਿੱਖ ਕਮਿਊਨਿਟੀ ਇੱਥੇ ਆ ਅਤੇ ਲਓ ਜੀ ਅੰਕਲ ਜੀ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਰਹਿੰਦੇ ਨੂੰ ਦੇਖੋ ਜੀ ਅੰਕਲ ਜੀ ਅੰਕਲ ਜੀ ਆਪਣਾ ਪਹਿਲੇ ਤੁਹਾਡੇ ਅੱਛਾ ਬਜ਼ੁਰਗ ਕਿਹੜੇ ਸਨ ਚ ਆਏ ਸੀਗੇ 1890 ਦੇਖੋ 130 ਸਾਲ ਹੋ ਗਏ ਨੇ ਅੰਕਲ ਜੀ ਨੂਰੇ ਆਏ ਨੂੰ ਤੇ ਅੰਕਲ ਪੰਜਾਬ ਕਿਹੜੀ ਜਗ੍ਹਾ ਤੋਂ ਪੰਜਾਬ ਡਿਸਟ੍ਰਿਕਟ ਲੁਧਿਆਣਾ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਖਾਸ ਉੱਥੋਂ ਲੁਧਿਆਣੇ ਤੋਂ ਹੀ ਲੁਧਿਆਣੇ ਦੇ ਨਾਲ ਪੈਂਦਾ ਸਮਰਾਲਾ ਸਮਰਾਲਾ ਦੇ ਨਾਲ ਪਿੰਡ ਪੈ ਜਾਂਦਾ ਠੀਕ ਆ ਜੀ ਠੀਕ ਆ ਦੇਖੋ ਮੈਂ ਗੱਲ ਪਹਿਲਾਂ ਦੱਸੀ ਸੀਗੀ ਆਪਣੀ ਸਿੱਖ ਕਮਿਊਨਿਟੀ ਬਹੁਤ ਜ਼ਿਆਦਾ ਰਹਿੰਦੀ ਉਰੇ ਅਤੇ ਅੰਕਲ ਵੀ ਮਿਲਟਰੀ ਜਿਹੇ ਨੇ ਅਤੇ ਆਹ ਚੈੱਕ ਕਰੋ ਅਤੇ ਅੰਕਲ ਜੀ ਵੀ ਸ਼ੁਰੂ ਤੋਂ ਬੱਚੇ ਸਾਰੇ ਇੱਥੇ ਹੀ ਨੇ ਦੇਖੋ ਵਿਊ ਚੈੱਕ ਕਰੋ ਜ਼ਰਾ ਬੱਦਲ ਇਹ ਦੇਖੋ ਅਤੇ ਹੁਣ ਆਪਾਂ ਵਾਪਸੀ ਚੱਲੇ ਹਾਂ ਪੰਜਾਬ ਅਤੇ ਅੱਜ ਦਾ ਵਲੋਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਵਲੋਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਅਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਮੈਨੂੰ ਅਤੇ
जे कोई भी गलती वगैरह हो मैनू दस सकते हो। ठीक है जी, तो सत श्री अकाल जी, मिलते हैं अगले ब्लॉग 'च।